ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਮੈਂ ਹੈਗਾ ਜੀ ਇਸ ਟਾਈਮ ਨੈਦਰਲੈਂਡ। ਨੈਦਰਲੈਂਡ ਤੋਂ ਆਪਾਂ ਚੱਲੇ ਹਾਂ ਜੀ ਜਰਮਨੀ ਨੂੰ ਬਾਈ ਟ੍ਰੇਨ। ਅਤੇ ਇੱਕ ਤਾਂ ਜਿਹੜੇ ਮੇਨ ਆਪਣੇ ਪੰਜਾਬੀਆਂ ਦੇ ਕੁਐਸਚਨ ਹੁੰਦੇ ਦਿਮਾਗ ਦੇ ਵਿੱਚ, ਉਹ ਵੀ ਦੇਖਾਂਗੇ ਕਿ ਕੋਈ ਆਪਾਂ ਨੂੰ ਰਾਹ ਦੇ ਵਿੱਚ ਆਪਣਾ ਪਾਸਪੋਰਟ ਚੈੱਕ ਕਰਦਾ ਕਿ ਨਹੀਂ ਚੈੱਕ ਕਰਦਾ, ਜਾਂ ਫਿਰ ਕੋਈ ਦਿੱਕਤ ਆਉਂਦੀ ਕਿ ਨਹੀਂ ਆਉਂਦੀ, ਹੈ ਨਾ। ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ, ਅਤੇ ਜਿੰਨਾ ਵੀ ਬਾਹਰੋਂ ਵਿਊ ਦਿਖਾ ਸਕਦੇ ਹੋਏ ਜਰਮਨੀ ਦਾ ਅਤੇ ਨੀਦਰਲੈਂਡ ਦਾ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਅਤੇ ਬਣੇ ਰਹੋ ਵੀਡੀਓ ਦੇ ਨਾਲ ਆਖਰੀ ਤੱਕ, ਜੇ ਤੁਸੀਂ ਦੇਖਣੀ ਸਟਾਰਟ ਕਰ ਲਈ ਹੈ, ਕਿਉਂਕਿ ਆਪਣੇ ਪੰਜਾਬੀਆਂ ਦੇ ਮਨਾਂ 'ਚ ਕੁਐਸਚਨ ਸਭ ਤੋਂ ਪਹਿਲਾਂ ਇਹੀ ਆਉਂਦਾ ਆ ਕਿ ਜੇ ਤੁਹਾਡੇ ਕੋਲ ਵੀਜ਼ਾ ਹੈ ਨਹੀਂ ਜਾਂ ਤੁਹਾਡੇ ਕੋਲ ਪਾਸਪੋਰਟ ਹੈ ਨਹੀਂ, ਤਾਂ ਤੁਸੀਂ ਸ਼ੈਨਗਨ ਦੇ ਵਿੱਚ ਘੁੰਮ ਸਕਦੇ ਕਿ ਨਹੀਂ, ਹੈ ਨਾ। ਅਤੇ ਮੇਰੇ ਕੋਲ ਤਾਂ ਵੈਸੇ ਵੀਜ਼ਾ ਹੈਗਾ ਆ, ਬਟ ਜੇ ਤੁਹਾਡੇ ਕੋਲ ਵੀਜ਼ਾ ਨਹੀਂ ਵੀ ਹੈਗਾ ਤਾਂ ਤੁਸੀਂ ਕੀ ਤੁਸੀਂ ਇਹ ਇੱਕ ਕੰਟਰੀ ਤੋਂ ਦੂਜੀ ਕੰਟਰੀ ਬਾਈ ਟ੍ਰੇਨ ਜਾ ਸਕਦੇ ਆ ਜਾਂ ਨਹੀਂ, ਉਹ ਸਾਰਾ ਹੀ ਇਹ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਜਾਊਗਾ। ਅਤੇ ਇਹ ਹੈਗੀ ਆ ਜੀ ਮੇਰੀ ਆਈ 33 ਯੂਰੋ ਦੀ ਟਿਕਟ ਇੱਥੋਂ ਇੱਥੋਂ ਇਹ ਜਾਣੀ ਆ ਹੈਰਲਿਨ ਜਾ ਕੇ ਚੇਂਜ ਕਰਨੀ ਆ ਮੈਂ ਟ੍ਰੇਨ ਆਪਣੀ, ਅਤੇ ਫਿਰ ਉਹ ਸਿੱਧੀ ਜਾਣੀ ਆ ਐਚਕਨ। ਇੱਕ ਤਾਂ ਨਾਂ ਲੈਣੇ ਬਹੁਤ ਔਖੇ ਲੱਗਦੇ ਆ ਇੱਧਰਲੇ, ਹੈ ਨਾ, ਜਿਹੜੇ ਇਹਨਾਂ ਦੇ ਸਟੇਸ਼ਨਾਂ ਦੇ ਆ, ਕਿਉਂਕਿ ਇੰਗਲਿਸ਼ ਵਿੱਚ ਨਾਂ ਵੀ ਨਹੀਂ ਹੈਗੇ। ਅਤੇ ਆਖਨ ਜਾਣਾ ਮੈਂ, ਠੀਕ ਹੈ ਜੀ। ਅਤੇ ਤੁਹਾਨੂੰ ਦਿਖਾਉਂਦੇ ਆ ਕਿੱਦਾਂ ਦੀ ਰਾਹ 'ਚ ਜਰਨੀ ਰਹਿੰਦੀ ਆ, ਅਤੇ ਬਣੇ ਰਹੋ ਵੀਡੀਓ ਦੇ ਨਾਲ। ਲਓ ਜੀ, ਬਾਏ ਬਾਏ ਨੀਦਰਲੈਂਡਸ, ਆਪਣੀ ਟ੍ਰੇਨ ਚੱਲ ਪਈ ਆ ਅਤੇ ਹੁਣ ਇਹ ਪੁੱਜਣੀ ਆ ਜੀ। ਹੁਣ ਹੋ ਗਿਆ 4 ਵੱਜ ਚੱਲੇ, 3:45 ਹੋਏ ਆ, ਇਹ 7 ਵਜੇ ਪੁੱਜਣੀ ਆ ਜੀ ਪੂਰੇ। ਇੱਕ ਵਾਰੀ ਰਾਹ 'ਚ ਟ੍ਰੇਨ ਚੇਂਜ ਕਰਨੀ ਆ ਆਪਾਂ। ਵੀ ਦੇਖੋ ਬਾਹਰਲਾ ਵਿਊ, ਬਾਹਰਲਾ ਵਿਊ ਤੁਸੀਂ ਘੈਂਟ ਗੱਲਬਾਤ ਆ। ਯੂਰਪ ਦੀਆਂ ਕੰਟਰੀਆਂ, ਮੈਂ ਜਰਮਨ ਪਹਿਲੀ ਵਾਰੀ ਚੱਲਾਂ, ਪਰ ਜਿੰਨੀਆਂ ਯੂਰਪ ਦੀਆਂ ਕੰਟਰੀਆਂ ਮੈਂ ਇੱਕ ਦੇਖੀਆਂ, ਇੱਕ ਫਰਾਂਸ ਸੋਹਣਾ ਲੱਗਾ ਅੱਜ ਤਾਈਂ, ਅਤੇ ਇੱਕ ਲੱਗਾ ਸੀ ਸੋਹਣਾ ਐਮਸਟਰਡਮ ਨੀਦਰਲੈਂਡ। ਅਤੇ ਜਿਹੜੀ ਆਪਣੇ ਉਹਦੀ ਵੀ ਬਿਊਟੀ ਆਪਣੀ ਜਗ੍ਹਾ ਆ, ਜਿਹੜਾ ਹੈਗਾ ਆ ਪੁਰਤਗਾਲ ਜਾਂ ਫਿਰ ਸਪੇਨ, ਉਹ ਕੰਟਰੀਆਂ ਥੋੜ੍ਹੀਆਂ, ਮਤਲਬ ਉਹਨਾਂ 'ਚ ਇੰਨੀ ਠੰਡ ਨਹੀਂ ਪੈਂਦੀ, ਉਹ ਕੰਟਰੀਆਂ ਥੋੜ੍ਹੀਆਂ ਸਮੁੰਦਰ ਦੇ ਲਾਗੇ ਹੋਣ ਕਰਕੇ ਉੱਥੇ ਥੋੜ੍ਹੀ ਗਰਮੀ ਰਹਿੰਦੀ ਆ, ਅਤੇ ਇਹ ਕੰਟਰੀਆਂ ਦੇ ਵਿੱਚ ਠੰਡ ਬਹੁਤ ਪੈਂਦੀ ਆ। ਅਤੇ ਉੱਦਾਂ ਵੀ ਇਹ ਜ਼ਿਆਦਾ ਸਾਫ਼ ਸੁਥਰੀਆਂ ਲੱਗਦੀਆਂ ਮੈਨੂੰ ਜੋ ਮੇਰਾ ਪੁਆਇੰਟ ਆਫ ਵਿਊ, ਬਾਕੀ ਜ਼ਰੂਰੀ ਨਹੀਂ ਕਿ ਕੋਈ ਬੰਦਾ ਮੇਰੇ ਨਾਲ ਸਹਿਮਤ ਹੋਊਗਾ, ਪਰ ਜੋ ਮੈਨੂੰ ਲੱਗਦਾ ਕਿ ਇਹ ਵਾਲੀਆਂ ਕੰਟਰੀਆਂ ਜਿਹੜੀਆਂ ਹੈਗੀਆਂ ਆ ਜ਼ਿਆਦਾ ਸਾਫ਼ ਸੁਥਰੀਆਂ ਆ। ਮੈਨੂੰ ਬੋਲਦੇ ਨਹੀਂ ਆ, ਤੇ ਹੁਣ ਤੁਹਾਨੂੰ ਬਾਹਰਲੇ ਵਿਊ ਦਿਖਾਉਂਦੇ ਆ। ਜਿਹੜੀ ਇਹ ਵਾਲੀ ਮੇਰੀ ਟ੍ਰੇਨ ਆ, ਜਾਣੀ ਆ ਸਿੱਧੀ ਬੈਲਜੀਅਮ ਦੇ ਬਾਰਡਰ ਦੇ ਕੋਲ। ਹੁਣ ਇਹ ਨਹੀਂ ਪਤਾ ਹਾਰਲਿਨ ਬੈਲਜੀਅਮ ਦੇ ਵਿੱਚ ਪੈਂਦਾ ਕਿ ਨੀਦਰਲੈਂਡ ਦੇ ਵਿੱਚ ਪੈਂਦਾ, ਉੱਥੋਂ ਜਾ ਕੇ ਮੈਂ ਟ੍ਰੇਨ ਆਪਣੀ ਚੇਂਜ ਕਰਨੀ ਆ। ਅਤੇ ਤੁਸੀਂ ਬਾਹਰਲਾ ਵਿਊ ਦੇਖੋ ਜਾ ਕੇ,
ਟ੍ਰੇਨ ਅੰਦਰੋਂ ਵੀ ਬਹੁਤ ਜ਼ਿਆਦਾ ਕਲੀਨ ਆ ਨਾ ਟ੍ਰੇਨ, ਅਤੇ ਦੇਖੋ ਸੀਟਾਂ ਵੀ ਬਹੁਤ ਸੋਹਣੀਆਂ, ਅਤੇ ਇੱਥੇ ਨਾਲ ਹਰ ਇੱਕ ਸੀਟ 'ਤੇ ਇੱਥੇ ਲੱਗਾ ਆ ਡਸਟਬਿਨ, ਜੇ ਤੁਸੀਂ ਕੁਛ ਖਾ ਕੇ ਪੀ ਕੇ ਕੁਛ ਸਿੱਟਣਾ ਤਾਂ ਇਹਦੇ ਵਿੱਚ ਸਿੱਟ ਸਕਦੇ ਹਾਂ ਨਾ। ਜੀ ਆਪਣਾ ਸਟੇਸ਼ਨ ਵੀ ਹੁਣ ਆਉਣੇ ਵਾਲਾ ਆ ਵੀ 15-20 ਮਿੰਟ ਬਾਅਦ, ਨੈਕਸਟ ਸਟੇਸ਼ਨ ਆਪਣਾ ਹੀ ਆ। ਅਤੇ ਇੱਥੇ ਨਾ ਪ੍ਰੋਬਲਮ ਆਉਂਦੀ ਆ ਜੇ ਤੁਸੀਂ ਕਿਸੇ ਨੂੰ ਪੁੱਛਦੇ ਹੋ, ਅਪਲਾਈ ਨਾ ਡੱਚ 'ਚ ਦਿੰਦਾ ਅਤੇ ਡੱਚ ਦੇ ਪੱਲੇ ਪੈਂਦੀ ਨਹੀਂ, ਅਤੇ ਜਿਹੜੀ ਇਹਨੇ ਇੰਗਲਿਸ਼ ਵੀ ਬੋਲਦੇ ਆ ਨਾ, ਇਹ ਵੀ ਇੰਗਲਿਸ਼ ਵੀ ਇਹਨਾਂ ਦੀ ਘੱਟ ਆਪਣੇ ਪੱਲੇ ਪੈਂਦੀ, ਕਿਉਂਕਿ ਆਪਾਂ ਬੋਲਦੇ ਹਾਂ ਸਿੱਧੀ ਸਿੱਧੀ ਅੰਗਰੇਜ਼ੀ ਵੀ ਹੈ ਨਾ, ਅਤੇ ਇਹ ਅੰਗਰੇਜ਼ੀ ਵੀ ਅੱਧੀ ਖਾ ਖੂ ਜਾਂਦੇ ਆ ਬੋਲਣ ਲੱਗੇ ਪੂਰੇ ਜਿਹੜੇ ਬੋਲਦੇ ਆ। ਅਤੇ ਨੈਕਸਟ ਆਪਣਾ ਆ ਜਾਣਾ ਜੀ ਸਟੇਸ਼ਨ ਏਅਰਲਾਈਨ, ਅਤੇ ਉੱਥੋਂ ਉੱਤਰ ਕੇ ਤੁਹਾਨੂੰ ਦੱਸਦੇ ਹਾਂ। ਹਾਲੇ ਤੱਕ ਤਾਂ ਕਿਸੇ ਨੇ ਨਾ ਟਿਕਟ ਚੈੱਕ ਕੀਤੀ ਹੈ ਨਾ ਬੱਸ, ਕੋਈ ਚੈੱਕ ਕਰਨੀ ਹੈ ਕੋਈ ਨਹੀਂ ਆਇਆ। ਮੈਨੂੰ ਲੱਗਦਾ ਕੋਈ 2-1.5 ਘੰਟੇ ਤੋਂ ਜ਼ਿਆਦਾ ਹੋ ਗਿਆ ਮੈਨੂੰ ਸਫ਼ਰ ਕਰਦੇ ਨੂੰ। ਅਤੇ ਅਗਲੇ ਸਟੇਸ਼ਨ ਤੋਂ ਉੱਤਰ ਕੇ ਫਿਰ ਆਪਾਂ ਸਿੱਧੀ ਉੱਥੋਂ ਟ੍ਰੇਨ ਲੈਣੀ ਆ ਆਖਣ ਦੀ, ਆਖਣ ਇੱਕ ਤਾਂ ਕਹਿਣਾ ਬੜਾ ਔਖਾ ਲੱਗਦਾ। ਅਤੇ ਤੁਸੀਂ ਬਾਹਰ ਦੇਖੋ ਜੀ ਆਪਣਾ ਆ ਗਿਆ ਸਟੋਪ, ਅਤੇ ਇੱਥੋਂ ਹੁਣ ਆਪਾਂ ਕਰਨੀ ਹੈ ਚੇਂਜ। ਇੱਕ ਨਾ ਇੱਥੋਂ ਪਲੈਟਫੋਰਮ ਨੰਬਰ ਦੇਖਣੇ ਪੈਂਦੇ ਆ, ਸਿਸਟਮ ਜਿਹਾ ਬੜਾ, ਜਿੱਦਾਂ ਪਹਿਲਾਂ ਮੈਂ ਚੜਿਆ 4B ਤੋਂ ਅਤੇ ਹੁਣ ਇਹ ਰੁਕਣੀ ਹੈਗੀ 5 'ਤੇ, ਅਤੇ ਫਿਰ ਮੈਂ ਜਿਹੜੀ ਦੁਬਾਰਾ ਚੱਲਣੀ ਉਹ 4 ਤੋਂ ਚੱਲਣੀ ਆ। ਆਹ ਦੇਖੋ ਦੁਬਾਰਾ ਉਹ ਚੱਲਣੀ 4 ਤੋਂ ਚੱਲਣੀ ਹੈ ਨਾ, ਅਤੇ ਨਾ ਟ੍ਰੇਨਾਂ 'ਤੇ ਅੱਗੇ ਪਿੱਛੇ ਲਿਖਿਆ ਹੁੰਦਾ ਕੁਛ, ਕੋਈ ਨਾਂ ਨੂੰ ਨਹੀਂ ਕੁਛ ਨਹੀਂ ਲਿਖਿਆ ਹੁੰਦਾ ਇਹਨਾਂ ਦੇ ਉੱਪਰ, ਬਹੁਤ ਘੱਟ ਜਾਣੀ ਕਿ ਜਾਣਕਾਰੀ ਹੁੰਦੀ ਹੈ। ਇਹ ਇਸ ਟ੍ਰੇਨ 'ਚ ਦੇਖਿਆ ਉੱਦਾਂ ਇਹਦੇ ਅੰਦਰ ਕੋਈ ਡਿਸਪਲੇ ਵੀ ਨਹੀਂ ਲੱਗੀ, ਸਕਰੀਨ ਵੀ ਨਹੀਂ ਲੱਗੀ, ਨਹੀਂ ਤਾਂ ਇਕੱਲੇ ਇਕੱਲੇ ਪੂਰੇ ਸਟੇਸ਼ਨ ਦੀ ਲਿਸਟ ਹੁੰਦੀ ਆ, ਇਕੱਲਾ ਇਕੱਲਾ ਆਉਂਦਾ ਤਾਂ ਉਹਦੇ 'ਤੇ ਟਿੱਕ ਮਾਰ ਹੋਈ ਜਾਂਦਾ ਵੀ ਕਿਹੜਾ ਆ ਗਿਆ ਹੈ ਨਾ। ਉਹਦੇ ਨਾਲ ਕਾਫੀ ਹੈਲਪ ਹੋ ਜਾਂਦੀ ਆ, ਜਾਣੀ ਕਿ ਉਪਰੇ ਬੰਦੇ ਨੂੰ ਮਿਲ ਜਾਂਦਾ ਕਿ ਯਾਰ ਹੁਣ ਸਟੇਜ ਸਾਹਮਣੇ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ ਵੀ ਕਦੋਂ ਆਊਗਾ ਜਾਂ ਨਹੀਂ ਆਊਗਾ। ਅਤੇ ਲਓ ਜੀ ਆਪਣੀ ਹੁਣ ਲੱਗੀ ਲੱਗਦਾ ਰੁਕਣ ਟ੍ਰੇਨ, ਅਤੇ ਬਸ ਅੱਗੇ ਵਾਲੀ ਟ੍ਰੇਨ ਮਿਲ ਜਾਵੇ ਟਾਈਮ ਸਿਰ ਭਾਈ, ਪਤਾ ਲੱਗ ਜਾਵੇ ਕਿੱਧਰੋਂ ਅੱਗੇ ਨੂੰ ਜਾਣਾ, ਫਿਰ ਸੌਖਾ ਹੋ ਜੂ ਥੋੜ੍ਹਾ। ਪਤਾ ਨਹੀਂ ਕਰਦੀ ਪਿੱਛੇ ਹੋਈ ਕਰਦੀ ਟ੍ਰੇਨ। ਸਟੇਸ਼ਨ ਜਿੱਥੋਂ ਆਪਾਂ ਕਰਨੀ ਹੈ ਹੁਣ ਟ੍ਰੇਨ ਚੇਂਜ, ਅਤੇ ਜਿਹੜੀ ਜਾਊਗੀ ਜਰਮਨ ਨੂੰ, ਅਤੇ ਇੱਥੋਂ ਲੱਗ ਗਈ ਲਓ ਜੀ ਆਹ ਵਾਲੀ ਟ੍ਰੇਨ ਨੇ ਹੁਣ ਆਪਾਂ ਨੂੰ ਲਾ ਦਿੱਤਾ, ਅਤੇ ਨੈਕਸਟ ਆਪਣੀ ਆਉਣੀ ਆ ਇੱਥੇ, ਆਹ ਦੇਖੋ ਸਪੂਰ 4 'ਤੇ ਉੱਪਰ, ਅਤੇ ਉਹ ਆਉਣੀ ਆ 18:43 ਅਤੇ 6:43 'ਤੇ ਜਿਹੜੀ ਜਾਣੀ ਆ R18 ਆਖਨ ਦਿਨ ਤਾਂ ਕਹਿਣਾ ਵੀ ਨਹੀਂ ਆਉਂਦਾ ਆਖਨ। ਅਤੇ ਇਹ ਮੈਨੂੰ ਲੱਗਦਾ ਹੁਣ ਆਪਾਂ ਹੈਗੇ ਹਾਂ ਜਰਮ ਬੋਰਡਰ ਦੇ ਕੋਲ ਹੀ ਆ ਕਿਤੇ ਆਪਾਂ, ਕਿਉਂਕਿ ਇੱਥੋਂ ਮੈਨੂੰ ਲੱਗਦਾ ਅੱਗੇ ਇਹ ਦੂਜਾ ਸਟਾਰਟ ਹੋ ਜਾਂਦਾ ਹੁੰਦਾ, ਉਹਨੂੰ ਕਹਿੰਦੇ ਆ ਬੈਲਜੀਅਮ, ਅਤੇ ਬੈਲਜੀਅਮ ਦੇ ਜੇ ਆਪਾਂ ਬਾਈ ਬੱਸੇ ਜਾਂਦੇ ਹਾਂ ਜਾਂ ਬਾਈ ਗੱਡੀ 'ਚ ਜਾਂਦੇ ਹਾਂ ਅਤੇ ਬਾਈ ਰੋਡ ਜਾਂਦੇ ਹਾਂ ਤਾਂ ਪਹਿਲਾਂ ਬੈਲਜੀਅਮ ਆਉਂਦਾ ਫਿਰ ਜਰਮਨੀ ਆਉਂਦਾ ਆ, ਕਿਉਂਕਿ ਇੱਕ ਵਾਰੀ ਮੈਂ ਪਹਿਲਾਂ ਵੀ ਟਰੈਵਲ ਕੀਤਾ ਸੀ ਉਦੋਂ ਮੈਂ ਗਿਆ ਸੀ ਫਰਾਂਸ ਨੂੰ ਬਾਈ ਰੋਡ। ਜੀ ਆਹ ਵੀ ਗੱਡੀ ਚੱਲੀ ਹੈ,
ਅੱਛਾ ਇਹਦਾ ਵੀ ਇੱਥੇ ਲਾਸਟ ਸਟੇਸ਼ਨ ਸੀ ਇਹ ਹੁਣ ਵਾਪਸ ਫਿਰ ਚੱਲੀ ਆ ਜਿੱਥੋਂ ਮੈਂ ਚੜਿਆ ਐਮਸਟਰਡਮ ਸੈਂਟਰਲ ਸਹੀ ਆ ਵੈਸੇ ਕੋਈ ਔਖਾ ਨਹੀਂ ਆ ਟ੍ਰੇਨ 'ਚ ਸਫ਼ਰ ਕਰਨਾ ਹਾਂ ਥੋੜ੍ਹਾ ਜਿਹਾ ਇੱਥੇ ਪ੍ਰੋਬਲਮ ਆਉਂਦੀ ਇਹਨਾਂ ਦੀ ਲੈਂਗੁਏਜ ਕਰਕੇ ਪ੍ਰੋਬਲਮ ਆਉਂਦੀ ਆ ਜਿੱਥੇ ਇੰਗਲਿਸ਼ ਨਹੀਂ ਲਿਖੀ ਹੁੰਦੀ ਜਾਂ ਕੁਛ ਵੀ ਆ ਮਾੜਾ ਮੋਟਾ ਨਹੀਂ ਪਤਾ ਲੱਗਦਾ ਉਹ ਉੱਥੇ ਥੋੜ੍ਹੀ ਜਿਹੀ ਦਿੱਕਤ ਆਉਂਦੀ ਆ ਉੱਥੇ ਮੱਥਾ ਮੁੱਥਾ ਮਾਰ ਕੇ ਪੁੱਛ ਪੁੱਛ ਕੇ ਚੜ੍ਹਨਾ ਪੈਂਦਾ ਟ੍ਰੇਨਾਂ ਦੇ ਵਿੱਚ ਅਤੇ ਬਾਕੀ ਔਖਾ ਹੀ ਹੈਗਾ ਲਓ ਜੀ ਇਹ ਵੀ ਗੱਡੀ ਗਈ ਇਸ ਸਟੇਸ਼ਨ 'ਤੇ ਨਾ ਚਾਰੇ ਪਾਸੇ ਸੁਣ ਮਸਾਣੀ ਪਈ ਲੱਗਦੀ ਆ ਅਤੇ ਇੱਕ ਤਾਂ ਉਹ ਪਿੱਛੇ ਉੱਧਰ ਬੀਬੀ ਬੈਠੀ ਆ ਉਹ ਜਾਣ ਨੂੰ ਕਿਤੇ ਬੈਠੀ ਆ ਉਹਨੇ ਪਰਲੀ ਸਾਈਡ ਨੂੰ ਜਾਣਾ ਹੈ ਕਿੱਥੇ ਮੈਂ ਹਾਂ ਅਤੇ ਕਿੱਥੇ ਇੱਧਰ ਆਹ ਮੁੰਡਾ ਆਹ ਬਾਈ ਆਇਆ ਲਓ ਵੇ ਮਿੱਤਰੋ ਆਡੀ ਆ ਗਈ ਅਗਲੀ ਟ੍ਰੇਨ ਜਿਹੜੀ ਆਖਰ ਨੂੰ ਜਾਣੀ ਆ ਅਤੇ ਯਾਰ ਕਈ ਗੋਰੇ ਮਾਇੰਡ ਕਰਦੇ ਇੱਦਾਂ ਕੈਮਰੇ 'ਤੇ ਬਾਅਦ 'ਚ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਹਾਂ ਆ ਲਓ ਇਹ ਵਾਲੀ ਟ੍ਰੇਨ ਵਧੀਆ ਆ ਸਾਹਮਣੇ ਸਕਰੀਨ ਲੱਗੀ ਆ ਅਤੇ ਆਪਣਾ ਸਟੇਸ਼ਨ ਦੇਖੀ ਜਾਓ ਜਦੋਂ ਤੁਸੀਂ ਸਟੇਸ਼ਨ 'ਤੇ ਪਹੁੰਚਦੇ ਆ ਤਾਂ ਉਹ ਗ੍ਰੀਨ ਹੋ ਜਾਂਦੀ ਲਾਈਟ ਤਾਂ ਉੱਤਰ ਜਾਓ ਪਹਿਲਾਂ ਪਿੱਛੇ ਵਾਲੇ ਦੀ ਜਿਹੜੀ ਜਿਹ 'ਚ ਪਹਿਲਾਂ ਆਇਆ ਉਹਦੇ ਵਿੱਚ ਇਹ ਚੀਜ਼ ਹੈ ਨਹੀਂ ਸੀ ਅਤੇ ਇਹ ਹੁਣ ਪਹੁੰਚਦੀ ਆ 7:13 'ਤੇ ਅਤੇ ਤੁਸੀਂ ਦੇਖ ਲਓ ਕੋਈ ਰਾਹ 'ਚ ਕੋਈ ਚੈਕਿੰਗ ਨਹੀਂ ਕੋਈ ਪਾਸਪੋਰਟ ਚੈੱਕ ਨਹੀਂ ਕੁਛ ਨਹੀਂ ਹੋਇਆ ਅਤੇ ਸੌਖਾ ਇਹਨਾਂ ਕੰਟਰੀਆਂ ਦੇ ਵਿੱਚ ਇੱਕ ਕੰਟਰੀ ਤੋਂ ਦੂਜੀ ਕੰਟਰੀ ਵੀ ਟਰੈਵਲ ਕਰਨਾ ਹੈ ਨਾ ਸਾਗਤ ਸੀ ਕਾ ਬਿਆਨ ਉਹ ਚੁਜਾ ਕੇ ਉਹ ਕਾ ਹੋ ਚੁਕਿਆ